ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਹੁਸ਼ਿਆਰਪੁਰ ਦੇ ਪਿੰਡ ਕੁਕਵਾਲ ਦੇ ਜਠੇਰੇ ਜਿੱਥੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਵੀ ਛਿੱਕੇ ਟਾਂਕੇ ਕੀਤਾ ਗਿਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼। ਫਿਰ ਜਦੋਂ ਉੱਥੇ ਪਹੁੰਚੀਆਂ ਗੁਰੂ ਦੀਆਂ ਫੌਜਾਂ ਤਾਂ ਦੇਖੋ ਕਿੱਦਾਂ ਪਈਆਂ ਭਾਜੜਾਂ। ਜੋ ਉਹਨਾਂ ਦੀ ਜਿਸ ਤਰ੍ਹਾਂ ਐਂਟਰੀ ਹੋਈ, ਇੱਕ ਗੁਰੂ ਗੋਬਿੰਦ ਸਿੰਘ ਦਾ ਹੀਰੋ ਹੀ ਕਰ ਸਕਦਾ ਹੈ। ਜਿਸ ਤਰ੍ਹਾਂ ਸੁਰਜੀਤ ਸਿੰਘ ਖੁੱਸਾ ਜੀ ਨੇ ਐਂਟਰੀ ਕੀਤੀ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਸ਼ੇਰ ਬੱਬਰ ਸ਼ੇਰ ਹੀ ਐਂਟਰੀ ਕਰ ਸਕਦਾ ਹੈ। ਉਹਨਾਂ ਨੇ ਆ ਕੇ ਸਿੱਧੀ ਖੇਤਾਂ ਦੇ ਵਿੱਚ ਹੀ ਗੱਡੀ ਲਿਆ ਕੇ ਜਠੇਰਿਆਂ ਦੇ ਗੇਟ ਦੇ ਮੂਹਰੇ ਰੋਕੀ। ਇਹ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਬੜ ਦੀਆਂ ਮੋਹਰਾਂ ਹੈਗੀਆਂ, ਇਹਨਾਂ ਨੇ ਅੱਜ ਤੱਕ ਦੁਨੀਆ ਦਾ ਇਤਿਹਾਸ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਦੇ ਰੱਦ ਨਹੀਂ ਹੋਇਆ, ਉਹਦੇ 'ਚ ਕਦੇ ਫੇਰਬਦਲ ਨਹੀਂ ਹੋਇਆ। ਇਹ ਜਿਹੜੀ ਕਾਪੀ ਮੇਰੇ ਹੱਥ 'ਚ ਵੇਖ ਰਹੇ ਹੋ 2013 17 ਸਤੰਬਰ ਦਿਨ ਮੰਗਲਵਾਰ 2:80 ਦੀ ਹੈਗੀ ਹੈ। ਇਹਦੇ 'ਚ ਕਲੀਅਰ ਕੱਟ ਲਿਖਿਆ ਹੋਇਆ ਕਬਰਾਂ ਸਮਾਧਾਂ ਜਠੇਰੇ ਵਗੈਰਾ 'ਤੇ ਪਾਠ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੋਂ ਸਭ ਆਖੋ ਵੀ ਚਾਹੁੰਦੇ ਕਿ ਬੀਤੇ ਦਿਨ ਅਸੀਂ ਇੱਕ ਵੀਡੀਓ ਨਸ਼ਰ ਕੀਤੀ ਸੀ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਕੁਕਵਾਲਾ ਦੀ ਸੀ, ਜਿੱਥੇ ਜਠੇਰਿਆਂ ਦੇ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਣੇ ਸੀ, ਜੋ ਕਿ ਅਕਾਲ ਤਖਤ ਦੀ ਮਰਿਆਦਾ ਦੇ ਖਿਲਾਫ ਹੈ, ਕਿਉਂਕਿ ਕਿਸੇ ਵੀ ਮੜੀਆਂ ਮਸਾਣੀਆਂ ਦੇ ਉੱਤੇ ਜਠੇਰਿਆਂ ਦੇ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਵਰਜਿਤ ਹੈ। ਪਰ ਇਸ ਪਿੰਡ ਦੇ ਪ੍ਰਧਾਨਾਂ ਨੇ ਅਕਾਲ ਤਖਤ ਸਾਹਿਬ ਜੀ ਦੇ ਸੁਨੇਹੇ ਪਾੜ ਦਿੱਤੇ। ਅਕਾਲ ਤਖਤ ਸਾਹਿਬ ਜੀ ਦੇ ਫਰਮਾਨਾਂ ਨੂੰ ਛਿੱਕੇ ਟੰਗਦਿਆਂ ਹੋਇਆਂ ਜਠੇਰਿਆਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਅਤੇ ਪਾਠ ਵੀ ਸ਼ੁਰੂ ਹੋ ਗਿਆ। ਪਰ ਜਦੋਂ ਸਤਿਕਾਰ ਕਮੇਟੀ ਨੂੰ ਇਸ ਬਾਰੇ ਪਤਾ ਲੱਗਿਆ, ਸਤਿਕਾਰ ਕਮੇਟੀ ਤੋਂ ਭਾਈ ਜਸਵੀਰ ਸਿੰਘ ਖੋਸਾ ਮੌਕੇ 'ਤੇ ਪਹੁੰਚੇ ਅਤੇ ਮੌਕੇ 'ਤੇ ਪਹੁੰਚ ਕੇ ਉਹਨਾਂ ਨੇ ਚੱਲਦੇ ਹੋਏ ਪਾਠ ਬੰਦ ਕਰਵਾਏ ਅਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਸਾਰਿਆਂ ਨੂੰ ਭਾਜੜਾਂ ਪਾਈਆਂ। ਆਓ ਮਾਰਦਿਆਂ ਇੱਕ ਨਜ਼ਰ ਕਿ ਕੀ ਕਹਿ ਰਹੇ ਨੇ ਇਸ ਸਾਰੇ ਮਸਲੇ ਦੇ ਉੱਤੇ ਭਾਈ ਜਸਵੀਰ ਸਿੰਘ ਖੋਸਾ। ਗੁਰੂ ਪਿਆਰੇ ਖਾਲਸਾ ਜੀ, ਅਸੀਂ ਪਿੰਡ ਇਹ ਕੁੱਕੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਮੇਟੀਆਣਾ ਅਸੀਂ ਇੱਥੇ ਬੈਠੇ ਹੋਏ ਹਾਂ ਜੀ। ਇਹ ਸਾਡਾ ਇੱਕ ਦਿਨ ਦਾ ਨਹੀਂ ਹੈਗਾ ਜੀ, ਇਹ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਬੜ ਦੀਆਂ ਮੋਹਰਾਂ ਹੈਗੀਆਂ, ਇਹਨਾਂ ਨੇ ਅੱਜ ਤੱਕ ਦੁਨੀਆ ਦਾ ਇਤਿਹਾਸ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਦੇ ਰੱਦ ਨਹੀਂ ਹੋਇਆ, ਉਹਦੇ 'ਚ ਕਦੇ ਫੇਰਬਦਲ ਨਹੀਂ ਹੋਇਆ। ਇਹ ਜਿਹੜੀ ਕਾਪੀ ਮੇਰੇ ਹੱਥ 'ਚ ਵੇਖ ਰਹੇ ਹੋ 2013 17 ਸਤੰਬਰ ਦਿਨ ਮੰਗਲਵਾਰ 2:80 ਦੀ ਹੈਗੀ ਹੈ। ਇਹਦੇ 'ਚ ਕਲੀਅਰ ਕੱਟ ਲਿਖਿਆ ਹੋਇਆ ਕਬਰਾਂ ਸਮਾਧਾਂ ਜਠੇਰੇ ਵਗੈਰਾ 'ਤੇ ਪਾਠ ਨਹੀਂ ਹੋ ਸਕਦਾ। ਔਰ ਜਿਹੜੀ ਮੇਰੇ ਹੱਥ 'ਚ ਫਰਦ ਹੈਗੀ ਹੈ, ਇਹ ਤੁਸੀਂ ਦੇਖ ਸਕਦੇ ਹੋ ਰੈਵਨਿਊ ਡਿਪਾਰਟਮੈਂਟ ਵਿੱਚ ਗੈਰ ਮੁਮਕਿਨ ਜਠੇਰੇ ਹੈਗੇ ਆ, ਕਿਸੇ ਹੋਰ ਧਰਮ ਦੇ ਨੇ, ਮੈਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ, ਕਿਉਂਕਿ ਇੱਥੇ ਕੋਈ ਮਾਨਵਤਾ ਦੀ ਗੱਲ ਹੈਗੀ ਹੈ, ਇੱਥੇ ਕੋਈ ਹਿੰਦੂ ਸਿੱਖ ਦੀ ਗੱਲ ਨਹੀਂ ਹੈ, ਧਰਮ ਦੀ ਗੱਲ ਨਹੀਂ ਕੋਈ ਇੱਥੇ। ਫਿਰ ਇਹ ਐਂਟੀ ਜਿਹੜੀਆਂ ਉੱਥੇ ਬੈਠੇ ਹੋਏ ਨੇ ਰਬੜ ਦੀਆਂ ਮੋਹਰਾਂ, ਉਹ ਆਪਣੀਆਂ ਵੋਟਾਂ ਪੱਕੀਆਂ ਖਾਤਰ ਕਰਨ ਅਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਖਾਤਰ ਆਗਿਆ ਦੇ ਰਹੇ ਨੇ। ਮੈਂ ਉਸ ਜਥੇਦਾਰ ਨੂੰ ਪੁੱਛਣਾ ਚਾਹੁੰਦਾ ਜਿਹੜਾ ਇਹਨਾਂ ਨੇ ਬਣਾਇਆ ਹੁਣ ਕਿਰਾਏ 'ਤੇ ਲਿਆ ਕੇ, ਆਪਦੀ ਰਬੜ ਦੀ ਮੋਹਰ ਪਹਿਲਿਆਂ ਨੂੰ ਗਿਰਿਆ ਹੋਇਆ, ਉਹ ਗਿਰੇ ਹੋਏ ਇਨਸਾਨ ਆ ਕੇ ਦੇਖੇ ਗੁਰਦੁਆਰਾ, ਰੈਵਨਿਊ ਡਿਪਾਰਟਮੈਂਟ ਕਹਿੰਦਾ ਕਿ ਇਹ ਜਠੇਰੇ ਨੇ, ਅਤੇ ਤੁਸੀਂ ਬਾਦਲ ਦੇ ਦੱਲਿਓ ਕਹਿੰਦੇ ਇਹ ਗੁਰਦੁਆਰਾ, ਉਹ ਅਸੀਂ ਗੁਰਬਾਣੀ ਤੋਂ ਮੰਨਣੋਂ ਹਟ ਗਏ ਹਾਂ, ਤੁਸੀਂ
ਆਹ ਲੋਕ ਜਿਹੜੇ ਮਹਾਰਾਜ ਨੂੰ ਲੈ ਕੇ ਆਏ ਨੇ ਪੜ੍ਹਦੇ ਹੁੰਦੇ ਆ ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜ੍ਹਦਾ ਤੇਰਾ ਢਾਕੇ ਦੇ ਕੁਆੜ ਅਣਕ ਪਰਦੇ ਮੈਂ ਪਰਦਾਰਾ ਸਿੰਘ ਫਾਕੇ ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜ੍ਹ ਤੁਸੀਂ ਦੀਨ ਦੁਨੀਆ ਦੇ ਮਾਲਕ ਨਾਲ ਧੋਖਾ ਕਰੀ ਜਾਂਦੇ ਹੋ ਆਪਦੀ ਜ਼ਮੀਰ ਨੂੰ ਅੰਦਰੋਂ ਪੁੱਛ ਕੇ ਵੇਖੋ ਜਥੇਦਾਰ ਹੋ ਅਤੇ ਝੂਠੇ ਚੌਧਰੀ ਹੋ ਕਿ ਇਹ ਜਠੇਰੇ ਹੈ ਜਾਂ ਨਹੀਂ ਹੈ ਜੇ ਛੱਡ ਦਿਓ ਜੀ ਹਲਫੀਆ ਬੈਨ ਸਰਪੰਚ ਵੀ ਦੇ ਰਿਹਾ ਚਾਹੇ ਦੇਣ ਹੀ ਨਾ ਆ ਰੈਵਨਿਊ ਡਿਪਾਰਟਮੈਂਟ ਜਦੋਂ ਕਹਿ ਰਿਹਾ ਕਿ ਜਠੇਰੇ ਆ ਫਿਰ ਕਿਹੜੀ ਗੱਲ ਆ ਅਗਰ ਇਹਨਾਂ ਨੇ ਬੇਅਦਬੀ ਕੀਤੀ ਕਿਸੇ ਨੇ ਕਰਾਉਣ ਦੀ ਸ਼ਹਿ ਦਿੱਤੀ ਏ ਬੀ ਸੀ ਡੀ ਉਹਦੇ ਵਿੱਚ ਭਾਵੇਂ ਪ੍ਰਸ਼ਾਸਨ ਵੀ ਕਿਉਂ ਹੋਵੇ ਸਾਰਿਆਂ ਨੂੰ ਕੋਰਟ ਵਿੱਚ ਘੜੀਸਾਂਗੇ ਪਹਿਲੀ ਤਾਂ ਗੱਲ ਅਸੀਂ ਹੋਣ ਹੀ ਨਹੀਂ ਦਿਆਂਗੇ ਕੋਸ਼ਿਸ਼ ਕਰਾਂਗੇ ਵੀ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਕੋਈ ਕਤਲੋਗਾਰਦ ਹੋਵੇ ਸਾਡੀ ਮਨਸ਼ਾ ਨਹੀਂ ਹੈਗੀ ਪਰ ਜੇ ਕਿਸੇ ਨੇ ਬਜ਼ਿੱਦ ਕੀਤੀ ਆ ਜਿਹੜੇ ਪਹਾੜੇ ਦੇ ਟੱਟੂ ਆਏ ਹੋਏ ਨੇ 500-500 ਰੁਪਈਏ ਦੇ ਲਾਲਚ ਨਾਲ ਫਿਰ ਜਦੋਂ ਇਹਨਾਂ ਦੇ ਜੁੱਤੀਆਂ ਪੈਂਦੀਆਂ ਫਿਰ ਕਹਿੰਦੇ ਪਾਠੀਆਂ ਨੂੰ ਕੁੱਟਿਆ ਜਾਂਦਾ ਦੱਸੋ ਗੁਰੂ ਸਾਹਿਬ ਨੇ ਮਸੰਦਾਂ ਨੂੰ ਕਿਉਂ ਸਾੜਿਆ ਸੀ ਜਦੋਂ ਉਹਨਾਂ ਦੇ ਜੀਵਨ 'ਚ ਗਿਰਾਵਟ ਆ ਗਈ ਸੀ ਆ ਗੁਰੂ ਗ੍ਰੰਥ ਸਾਹਿਬ ਦੇ 13 ਸਰੂਪ ਮੈਨੂੰ ਕੋਈ ਪਿੰਡ ਦਾ ਬੰਦਾ ਕੋਈ ਕਮੇਟੀ ਦਾ ਮੈਂਬਰ ਬਾਂਹ ਖੜੀ ਕਰਕੇ ਦੱਸਿਆ ਵੀ 13 ਸਰੂਪਾਂ ਦਾ ਇੱਥੇ ਲਿਆਉਣ ਦਾ ਮਤਲਬ ਕੀ ਆ ਕੀ ਇਸ ਦਾ ਸਥਾਨ ਆ ਇਹ ਜਠੇਰੇ ਨਹੀਂ ਹੈਗੇ ਉਹ ਤੁਸੀਂ ਵੀਰੋ ਸਾਨੂੰ ਸਾਡੇ ਅੱਖਾਂ 'ਚ ਘੱਟਾ ਪਾ ਦੋਗੇ ਪਰ ਗੁਰੂ ਦੇ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਦੇ ਕਰਤੇ ਦੀ ਦਰਗਾਹ 'ਚ ਇੱਕ ਦਿਨ ਝੂਠੇ ਹੋਣਾ ਪਊਗਾ ਤੁਸੀਂ ਪੈਸੇ ਦੇ ਜ਼ੋਰ 'ਤੇ ਕਰਨੇ ਹੋ ਇੱਕ ਜਥੇਦਾਰ ਵੇਖ ਕੇ ਜਾਂ ਇੱਕ ਨੌ ਵੇਖ ਕੇ ਤੁਸੀਂ ਕਰਨੇ ਹੋ ਪੂਰਾ ਪੰਥ ਇੱਥੇ ਆਜੂਗਾ ਆਰੰਭ ਵੀ ਕਰਕੇ ਵੇਖ ਲਿਓ ਤੁਹਾਡੇ ਨਾਲ ਹਾਲਾਤ ਕੀ ਹੋਊਗਾ ਸਾਨੂੰ ਪਰਵਾਹ ਨਹੀਂ ਹੈਗੀ ਇੱਥੇ ਬੈਠੇ ਹੋਏ ਹਾਂ ਪਰਚਾ ਪੁਰਚਾ ਕਰਨਾ ਜਿਹਨੇ ਕਰ ਲਏ ਜੇ ਧੱਕੇ ਨਾਲ ਪਾਠ ਪ੍ਰਕਾਸ਼ ਹੋਇਆ ਫਿਰ ਜਾਂ ਆਪ ਹੈ ਨਹੀਂ ਜਾਂ ਗਾਹਕ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਰੇ ਮਸਲੇ ਦੇ ਬਾਰੇ ਸਾਨੂੰ ਰੂਬਰੂ ਕਰਵਾਇਆ ਸੀ ਭਾਈ ਦਵਿੰਦਰ ਸਿੰਘ ਨੇ ਜੋ ਕਿ ਇਸੇ ਪਿੰਡ ਕੁਕਵਾਲਾ ਦੇ ਹੀ ਨਿਵਾਸੀ ਨੇ ਜਿਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਇਹ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਕਿ ਜੇਕਰ ਉਹ ਆਪਣੀ ਜ਼ੁਬਾਨ ਬੰਦ ਨਹੀਂ ਕਰਦੇ ਜੇਕਰ ਉਹ ਜਠੇਰਿਆਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਲਗਾਤਾਰ ਵਿਰੋਧ ਕਰਦੇ ਰਹਿਣਗੇ ਤਾਂ ਉਹਨਾਂ ਨੂੰ ਮਾਰ ਮੁਕਾਇਆ ਜਾਏਗਾ ਪਰ ਫਿਰ ਵੀ ਗੁਰੂ ਦੇ ਇਸ ਸਿੰਘ ਨੇ ਡਟ ਕੇ ਇਹਨਾਂ ਕਠਿਨਾਈਆਂ ਦਾ ਸਾਹਮਣਾ ਕੀਤਾ ਅਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਬੇਕਦਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਵਿੱਚ ਇਹ ਕਾਮਯਾਬੀ ਰਹੇ ਆਖਿਰ ਉਸ ਦਿਨ ਕੀ ਕੁਝ ਵਾਪਰਿਆ ਸੀ ਕਿਸ ਤਰੀਕੇ ਦੇ ਨਾਲ ਸਤਿਕਾਰ ਕਮੇਟੀ ਨੇ ਉੱਥੇ ਪਹੁੰਚ ਕੀਤੀ ਜਸਵੀਰ ਸਿੰਘ ਖੋਸਾ ਨੇ ਕਿਸ ਤਰੀਕੇ ਦੇ ਨਾਲ ਪਿੰਡ ਵਾਲਿਆਂ ਨੂੰ ਤਾੜਨਾ ਕੀਤੀ ਆਓ ਸੁਣਦੇ ਹਾਂ ਭਾਈ ਦਵਿੰਦਰ ਸਿੰਘ ਖਾਲਸਾ ਦੀ ਜ਼ੁਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਤ ਜੀਓ ਮੈਂ ਭਾਈ ਦਵਿੰਦਰ ਸਿੰਘ ਪਿੰਡ ਕੁਕਵਾਲ ਇਹ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਹਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਿੱਥੇ ਕਿ ਜਠੇਰਿਆਂ ਦਾ ਮਸਲਾ ਚੱਲ ਰਿਹਾ ਸੀ ਉਹ ਮਸਲਾ ਗੁਰੂ ਸਵਾਰੀ ਸਾਧ ਸੰਗਤ ਜੀ ਉਹ ਸੁਲ ਚੁੱਕਾ ਹੈ ਜੀ ਸਰਦਾਰ ਸੁਰਜੀਤ ਸਿੰਘ ਭਾਈ ਸੁਰਜੀਤ ਸਿੰਘ ਖੁੱਸਾ ਜਥੇਦਾਰ ਸਤਿਕਾਰ ਕਮੇਟੀ ਆਏ ਸਨ ਉਹ ਸੁਲਝਾ ਕੇ ਗਏ ਹਨ ਕਾਫੀ ਪੁਲਿਸ ਦੇ ਵਿੱਚ DSP SSP ਅਤੇ ਕਾਫੀ ਪੁਲਿਸ ਲੱਗੀ ਹੋਈ ਸੀ ਜੋ ਉਹਨਾਂ ਦੀ ਜਿਸ ਤਰ੍ਹਾਂ ਐਂਟਰੀ ਹੋਈ ਇੱਕ ਗੁਰੂ ਗੋਬਿੰਦ ਸਿੰਘ ਦਾ ਹੀਰੋ ਹੀ ਕਰ ਸਕਦਾ ਹੈ ਜਿਸ ਤਰ੍ਹਾਂ ਸੁਰਜੀਤ ਸਿੰਘ ਖੁੱਸਾ ਜਿਹਨੇ ਐਂਟਰੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਦਾ ਸ਼ੇਰ ਬੱਬਰ ਸ਼ੇਰ ਹੀ ਐਂਟਰੀ ਕਰ ਸਕਦਾ ਹੈ ਉਹਨਾਂ ਨੇ ਆ ਕੇ ਸਿੱਧੀ ਖੇਤਾਂ ਦੇ ਵਿੱਚ ਹੀ ਗੱਡੀ ਲਿਆ ਕੇ ਜਠੇਰਿਆਂ ਦੇ ਗੇਟ ਦੇ ਮੂਹਰੇ ਰੋਕੀ ਗੇਟ ਦੇ ਮੂਹਰੇ ਰੋਕ ਕੇ ਆਪਣੀਆਂ ਜੁੱਤੀ ਲਾਈ ਹੱਥ ਮੂੰਹ ਧੋਤਾ ਧੋ ਕੇ ਪੈਸਿਆਂ ਦਾ ਬਾਹਰ ਹੀ ਮੱਥਾ ਟੇਕਿਆ ਉਹਨਾਂ ਨੇ ਉਹਨਾਂ ਮਸਾਣਾਂ 'ਤੇ ਬਾਬਾ ਜੀ ਨੂੰ ਮੱਥਾ ਨਹੀਂ ਟੇਕਿਆ ਬਾਹਰ ਹੀ ਮੱਥਾ ਟੇਕ ਕੇ
ਅੰਦਰ ਜੋ ਪੈਸਿਆਂ ਦਾ ਪ੍ਰਸ਼ਾਦ ਕਰਨਾ ਸੀਗਾ ਉਹ ਮੱਥਾ ਟੇਕਤਾ, ਉਹਦੇ ਰੱਖਤੇ ਪੈਸੇ। ਹਾਂਜੀ, ਉਹ ਤੋਂ ਬਾਅਦ ਫਿਰ ਜੋ ਪੱਠੀ ਸਿੰਘ ਪਾਠ ਕਰ ਰਹੇ ਸਨ ਉਹਨਾਂ ਨੂੰ ਬਿਲਕੁਲ ਚੁੱਪ ਕਰਵਾਇਆ, ਬੰਦ ਕਰੋ ਪਾਠ। ਪਾਠ ਬੰਦ ਕਰਵਾ ਕੇ ਫਿਰ ਜੋ ਮਸਾਣ ਦੇ ਅੰਦਰ ਪਾਠ ਰੱਖੇ ਹੋਏ ਸਨ ਉੱਥੇ ਆਨੰਦ ਸਾਹਿਬ ਦਾ ਪਾਠ ਚੱਲ ਰਿਹਾ ਸੀਗਾ, ਆਨੰਦ ਸਾਹਿਬ ਦਾ ਪਾਠ ਉਹਨਾਂ ਨੇ ਭਾਈ ਨੂੰ ਉਠਾ ਕੇ ਆਪ ਕੀਤਾ। ਆਪ ਕਰਨ ਤੋਂ ਬਾਅਦ ਉਹਨਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਪਾਠ ਚੱਲ ਰਹੇ ਸਨ ਬੰਦ ਕਰਵਾ ਦਿੱਤੇ। ਬੰਦ ਕਰਵਾਉਣ ਤੋਂ ਬਾਅਦ ਸਾਰੀ ਸੰਗਤ ਨੂੰ ਬਾਹਰ ਬੁਲਾਇਆ, ਕਹਿੰਦੇ ਪਹਿਲਾਂ ਆ ਕੇ ਫੈਸਲਾ ਕਰੋ। ਫੈਸਲਾ ਇਹ ਹੋਇਆ ਜੀ ਕਿ ਜਠੇਰਿਆਂ ਨੂੰ ਜਠੇਰੇ, ਸਮਾਧਾਂ ਨੂੰ ਸਮਾਧ ਰਹਿਣ ਦਿਓ ਔਰ ਗੁਰਦੁਆਰੇ ਸਾਹਿਬ ਨੂੰ ਗੁਰਦੁਆਰਾ ਸਾਹਿਬ ਰਹਿਣ ਦਿਓ। ਜੋ ਵੀ ਫੈਸਲੇ ਉਲਟੇ ਪੁਲਟੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਕਦੀ ਕਦੀ ਨਾਨਕ ਦਰਬਾਰ, ਜੋ ਉਹ ਫੈਸਲੇ ਅਕਾਲੀ ਦਲ ਵਾਲੇ ਦੇ ਰਹੇ ਹਨ ਉਹ ਵਿੱਚ ਸਾਰਾ ਕੁਛ ਖੋਸਾ ਸਾਹਿਬ ਦੱਸ ਰਹੇ ਹਨ, ਕਿਸ ਤਰ੍ਹਾਂ ਫੇਰ ਬਦਲ ਹੋ ਰਹੇ ਹਨ ਉਹ ਸਭ ਕੁਛ ਤੁਹਾਨੂੰ ਖੋਸਾ ਸਾਹਿਬ ਦੱਸ ਰਹੇ ਹਨ ਜੀ। ਹਾਂਜੀ, ਅਤੇ ਉਹਨਾਂ ਨੇ ਕਈ ਵਾਰ ਅਕਾਲ ਤਖ਼ਤ ਵਾਲਿਆਂ ਨੇ ਕਦੀ ਗੁਰਦੁਆਰੇ ਸਾਹਿਬ ਗੁਰੂ ਨਾਨਕ ਦਰਬਾਰ ਤੋਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਬਣਵਾਇਆ, ਫਿਰ ਇਹ ਪਿੰਡ ਵਾਲੇ ਗਏ, ਫਿਰ ਇਸ ਨੂੰ ਗੁਰਦੁਆਰਾ ਸਾਹਿਬ ਕੱਟ ਕੇ ਫਿਰ ਨਾਨਕ ਦਰਬਾਰ ਬਣਾਇਆ। ਹਾਂਜੀ, ਫਿਰ ਇੱਦਾਂ ਦੀਆਂ ਹੇਰਾ ਫੇਰੀਆਂ ਕਰ ਰਹੇ ਹਨ ਅਕਾਲ ਤਖ਼ਤ ਸਾਹਿਬ ਵਾਲੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਗੁਰਦੁਆਰੇ ਸਾਹਿਬ ਨੂੰ ਗੁਰਦੁਆਰਾ ਸਾਹਿਬ, ਜਠੇਰਿਆਂ ਨੂੰ ਜਠੇਰੇ, ਆਪਸ ਵਿੱਚ ਨਾ ਲੜਾਉਣ, ਸਾਨੂੰ ਆਪਸ ਵਿੱਚ ਭਾਈਚਾਰੇ ਨਾਲ ਰਹਿਣ ਦੇਣ, ਜਠੇਰਿਆਂ ਨੂੰ ਜਠੇਰੇ ਰਹਿਣ ਦੇਣ ਅਤੇ ਜੋ ਸਮਾਧਾਂ ਹਨ ਸਮਾਧਾਂ ਰਹਿਣ ਦੇਣ, ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੈ, ਗੁਰਦੁਆਰੇ ਸਾਹਿਬ ਨੂੰ ਗੁਰਦੁਆਰਾ ਸਾਹਿਬ ਰਹਿਣ ਦੇਣ ਜੀ। ਹਾਂਜੀ, ਇਹ ਹੁਣ ਫੈਸਲਾ ਹੋਇਆ ਹੈ ਕਿ ਗੁਰਦੁਆਰੇ ਸਾਹਿਬ ਹੁਣ 25 ਪਾਠ ਇਹਨਾਂ ਨੇ ਉੱਥੇ ਰੱਖਣੇ ਸਨ। 25 ਪਾਠਾਂ ਵਿੱਚੋਂ ਇਹਨਾਂ ਨੇ ਗਲਤੀ ਕਰ ਲਈ ਸੀਗੀ, ਸ਼ਾਮ ਨੂੰ ਮਹਾਰਾਜ ਦੇ ਸਰੂਪ ਲੈ ਗਏ ਜੀ, ਦੂਜੇ ਦਿਨ ਪਾਠ ਰੱਖਣੇ ਸਨ, ਚੋਰੀ ਕੀਤੀ ਹੈ, ਪਾਠ ਸ਼ਾਮ ਨੂੰ ਲੈ ਗਏ ਉਸ ਮਹਾਰਾਜ ਦੇ ਸਰੂਪ ਅਤੇ ਉੱਥੇ ਲਿਜਾ ਕੇ ਰੱਖਤੇ ਜੀ। ਅਤੇ ਸਵੇਰੇ ਅਤੇ 9 ਵਜੇ ਤੋਂ ਵੀ ਪਹਿਲਾਂ ਮਹਾਰਾਜ ਦੇ ਸਰੂਪ ਲੈ ਗਏ ਜੀ, ਚੋਰੀ ਕੀਤੀ ਜੀ ਸਵੇਰੇ ਵੀ, ਮਤਲਬ ਜਦਕਿ 10 ਵਜੇ 10:15 ਵਜੇ ਮਹਾਰਾਜ ਦੇ ਸਰੂਪ ਜਾਣੇ ਚਾਹੀਦੇ ਸਨ। ਉਹ ਪਹਿਲੇ ਲਿਜਾ ਕੇ ਇਹਨਾਂ ਨੇ ਪਾਠ ਪ੍ਰਾਰੰਭ ਕੀਤੇ ਅਤੇ ਇਹਨਾਂ ਦਾ ਪਾਠ ਉਹਨਾਂ ਨੇ ਫਿਰ ਆ ਕੇ ਰੁਕਵਾਏ ਹਨ। ਹਾਂਜੀ, ਇੱਦਾਂ ਦੀਆਂ ਹਰਕਤਾਂ ਆਪਸ ਵਿੱਚ ਲੜਾਈਆਂ ਕਰਾਉਣੀਆਂ ਨਹੀਂ ਚਾਹੀਦੀਆਂ। ਹਾਂਜੀ, ਉਹ ਇੱਦਾਂ ਦੇ ਫੈਸਲੇ ਬਹੁਤ ਅਟੱਲ ਹਨ। ਹਾਂਜੀ, ਬਹੁਤ ਵਧੀਆ ਫੈਸਲਾ ਹੋਇਆ ਹੈ ਜੋ ਕਿ ਅੱਗੇ ਲਈ ਵੀ ਸਾਡੇ ਲਈ, ਜੋ ਰੈਵਨਿਊ ਸਟੈਂਪ ਦੇ ਹਿਸਾਬ ਨਾਲ ਜਠੇਰੇ ਜਠੇਰੇ ਹੀ ਹਨ, ਰੈਵਨਿਊ ਸਟੈਂਪ ਵੀ ਵਿੱਚ ਦਿਖਾ ਰਹੇ ਹਨ, ਜਠੇਰੇ ਜਠੇਰੇ ਹਨ ਔਰ ਮਸਾਣਾ ਮਸਾਣਾ ਹਨ ਅਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੈ। ਪਿੰਡ ਵਿੱਚ ਗੁਰਦੁਆਰਾ ਇੱਕੋ ਹੀ ਹੋਵੇਗਾ, ਹੋਰ ਕੋਈ ਗੁਰਦੁਆਰਾ ਸਾਹਿਬ ਨਹੀਂ ਹੋਵੇਗਾ ਜੀ। ਸਾਡੇ ਸੁਖਜੀਤ ਸਿੰਘ ਖੋਸਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਹੀਰੋ ਹਨ, ਸਾਡੇ ਸਿੱਖ ਧਰਮ ਦੇ ਸਾਰੇ ਦੇ ਹੀਰੋ ਹਨ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਉਹਨਾਂ ਦੀ ਕੋਟ ਕੋਟ ਸ਼ੁਕਰੀਆ, ਕੋਟ ਕੋਟ ਸ਼ੁਕਰੀਆ, ਜੋ ਇੱਦਾਂ ਦੇ ਹੀਰੋ ਸਾਡੇ ਧਰਮ ਦੇ ਵਿੱਚ ਪੈਦਾ ਹੋਏ ਹਨ, ਸਾਨੂੰ ਉਹਨਾਂ ਦੇ ਉੱਤੇ ਮਾਣ ਹੈ। ਸੱਚੇ ਪਾਤਸ਼ਾਹ ਇਹਨਾਂ ਨੂੰ, ਸਾਡੀ ਉਮਰ ਵੀ ਇਹਨਾਂ ਨੂੰ ਲਗਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਓ, ਇਹ ਹੁਕਮਨਾਮ ਇਹ ਜੋ ਹੋਇਆ ਹੈ ਇਸਦੇ ਫੈਸਲੇ ਹੋਏ ਹਨ, ਫੈਸਲੇ ਪ੍ਰਾਪਤ ਹੋ ਗਏ ਹਨ। ਅੱਜ ਜਿਹੜੇ ਮਹਾਰਾਜ ਦੇ ਸਰੂਪ ਲੈ ਕੇ ਗਏ ਸਨ ਇਹਨਾਂ ਨੇ ਤਾਂ ਗਲਤੀ ਕਰ ਲਈ ਹੈ। ਖੋਸਾ ਸਾਹਿਬ ਕਹਿੰਦੇ ਹਨ ਕਿ ਅਸੀਂ ਗਲਤੀ ਨਹੀਂ ਕਰਨੀ ਹੈ, ਅਸੀਂ ਗਲਤੀ ਨਹੀਂ ਕਰਨੀ, ਇਹਨਾਂ ਨੇ ਜੋ ਗਲਤੀ ਕੀਤੀ ਹੈ, ਇਹਨਾਂ ਨੇ 13 ਸਰੂਪ ਲੈ ਗਏ ਹੈ, ਅਸੀਂ 13 ਸਰੂਪਾਂ ਦੇ ਮਹਾਰਾਜ ਦੇ ਪਾਠਾਂ ਦੀ ਪਰਮਿਸ਼ਨ ਦਿੱਤੀ ਹੈ, ਇਹਨਾਂ ਨੇ 25 ਪਾਠ ਕਰਨੇ ਹਨ।
25 ਪਾਠ ਜੋ ਅਗਲੀ ਲੜੀ ਰੱਖਣੀ ਹੈ ਉਹ ਸਾਡੇ ਗੁਰਦੁਆਰੇ ਸਾਹਿਬ ਆ ਕੇ ਹੋਵੇਗੀ। ਫੈਸਲਾ ਹੋਇਆ ਹੈ ਕਿ 13 ਸਰੂਪ ਉੱਥੇ ਗਏ ਹਨ, 13 ਸਰੂਪਾਂ ਦੀ ਇੱਕ ਲੜੀ ਕਰ ਲਓ, ਉਹ ਤੋਂ ਅਗਲੀ ਜੋ ਲੜੀ ਹੈ ਉਹ ਗੁਰਦੁਆਰੇ ਸਾਹਿਬ ਆ ਕੇ ਹੋਵੇਗੀ। ਗੁਰਦੁਆਰੇ ਸਾਹਿਬ ਆ ਕੇ ਮਹਾਰਾਜ ਦਾ ਪਾਠ ਹੋਣਗੇ ਔਰ ਉਹ ਤੋਂ ਅੱਗੇ ਤੋਂ ਜੋ ਮਹਾਰਾਜ ਦੇ ਸਰੂਪ ਹੈ ਜਠੇਰਿਆਂ ਵਿੱਚ ਨਹੀਂ ਜਾਣਗੇ ਜੀ। ਹਾਂਜੀ, ਇਹ ਫੈਸਲਾ ਹੋਇਆ ਹੈ ਜੀ। ਤੁਹਾਡੇ ਸਾਹਮਣੇ DSP ਸਾਹਿਬ ਵੀ ਬੋਲ ਰਹੇ ਹਨ ਔਰ ਸਾਧ ਸੰਗਤ ਜੀ ਸਾਰੇ ਆਪਣੇ ਪਤਵੰਤ ਸੱਜਣ ਨੇ ਫੈਸਲਾ ਲਿਆ ਹੈ, DSP ਸਾਹਿਬ ਨੇ ਫੈਸਲਾ ਲਿਆ ਹੈ, ਖੋਸਾ ਸਾਹਿਬ ਦੇ ਫੈਸਲੇ ਨੂੰ ਸਾਰਿਆਂ ਨੇ ਮਨਜ਼ੂਰ ਕੀਤਾ ਹੈ। ਅੱਗੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਠੇਰਿਆਂ ਵਿੱਚ ਨਹੀਂ ਜਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਸਿੱਖਾਂ ਦੀ ਸਰਵਉੱਚ ਅਦਾਲਤ ਸਰਮੂਰ ਜਥੇਬੰਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਜਿੱਥੋਂ ਜਾਰੀ ਕੀਤੇ ਗਏ ਹੁਕਮਨਾਮੇ ਠੁਕਰਾਉਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਜਿੱਥੋਂ ਜਾਰੀ ਕੀਤੇ ਗਏ ਹੁਕਮਨਾਮੇ ਹਰ ਕਿਸੇ ਨੂੰ ਸਿਰ ਮੱਥੇ ਪ੍ਰਵਾਨ ਹੁੰਦੇ ਸੀ। ਬੇਸ਼ੱਕ ਕਿਸੇ ਨੂੰ ਕੋੜਿਆਂ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ ਤਾਂ ਉਸਦੀ ਵੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਆਪਣੀ ਸਜ਼ਾ ਤੋਂ ਮੁਨਕਰ ਹੋ ਸਕੇ। ਪਰ ਅੱਜ ਸਾਡੀਆਂ ਸਰਮੂਰ ਜਥੇਬੰਦੀਆਂ ਉੱਤੇ ਵੀ ਸਿਆਸੀ ਧਿਰਾਂ ਕਾਬਜ਼ ਹੋ ਗਈਆਂ ਨੇ। ਮੀਰੀ ਅਤੇ ਪੀਰੀ ਦੇ ਸਿਧਾਂਤ ਪੁੱਠੇ ਕਰ ਦਿੱਤੇ ਗਏ ਨੇ, ਜਿਸ ਦੇ ਚੱਲਦਿਆਂ ਸਿੱਖ ਸੰਗਤ ਦੇ ਅੰਦਰ ਅਕਾਲ ਤਖ਼ਤ ਵੱਲੋਂ ਜਾਰੀ ਕੀਤੇ ਗਏ ਹੁਕਮਨਾਮਿਆਂ ਦਾ ਵੀ ਹੁਣ ਕੋਈ ਡਰ ਭੌ ਨਹੀਂ ਰਿਹਾ। ਅਤੇ ਇਹੀ ਇੱਕ ਵੱਡਾ ਕਾਰਨ ਹੈ ਕਿ ਹੁਣ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮਨਾਮੇ ਅੱਧੇ ਨਾਲੋਂ ਵੱਧ ਸੰਗਤ ਕਬੂਲ ਹੀ ਨਹੀਂ ਕਰਦੀ, ਕਿਉਂਕਿ ਬਹੁਤ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਸਿੱਖ ਕੌਮ ਵਿੱਚ ਪਾੜ ਪਾ ਦਿੱਤਾ ਗਿਆ ਹੈ ਅਤੇ ਇਹ ਪਾੜ ਦਿਨੋ ਦਿਨ ਵੱਧ ਹੀ ਰਿਹਾ ਹੈ, ਘਟਣ ਦਾ ਨਾਮ ਨਹੀਂ ਲੈ ਰਿਹਾ। ਅਤੇ ਜੇਕਰ ਤੁਸੀਂ ਵਾਕਈ ਇਸ ਪਾੜ ਨੂੰ ਘਟਾਉਣਾ ਚਾਹੁੰਦੇ ਹੋ, ਭਰਨਾ ਚਾਹੁੰਦੇ ਹੋ, ਤਾਂ ਨਾਨਕ ਨਾਮ ਲੇਵਾ ਸਾਰੀ ਦੀ ਸਾਰੀ ਸਿੱਖ ਸੰਗਤ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ ਕਿ ਇੱਕ ਮੰਚ ਉੱਤੇ, ਇੱਕ ਪਲੇਟਫਾਰਮ ਉੱਤੇ ਇਕੱਤਰ ਹੋਣਾ ਸ਼ੁਰੂ ਹੋਵੋ। ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ। ਇਹਨਾਂ ਸ਼ਬਦਾਂ ਨੂੰ ਸਿਰਫ ਪੜ੍ਹਨ ਮਾਤਰ ਜਾਂ ਬਾਣੀ ਸੁਣਨ ਮਾਤਰ ਨਾ ਰੱਖੋ, ਆਪਣੀ ਜ਼ਿੰਦਗੀ ਦੇ ਵਿੱਚ ਧਾਰੋ। ਜੋ ਵੀ ਆਪਸੀ ਮਤਭੇਦ ਹੈ ਨੇ, ਬੇਸ਼ੱਕ ਉਹ ਪ੍ਰਚਾਰਕ ਸ਼੍ਰੇਣੀ ਦੇ ਵਿੱਚ ਹੋਣ, ਜਥੇਬੰਦੀਆਂ ਦੇ ਵਿੱਚ ਹੋਣ, ਟਕਸਾਲਾਂ ਦੇ ਵਿੱਚ ਹੋਣ, ਮਿਸ਼ਨਰੀਆਂ ਦੇ ਵਿੱਚ ਹੋਣ, ਮੁਕਾਓ, ਇੱਕ ਥਾਂ 'ਤੇ ਇਕੱਤਰ ਹੋਵੋ, ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਸ਼ੁਰੂ ਹੋਵੋ, ਤਾਂ ਹੀ ਇਸ ਕੌਮ ਨੂੰ ਬਚਾਇਆ ਜਾ ਸਕਦਾ ਹੈ। ਨਹੀਂ ਤਾਂ ਜਿਸ ਤਰੀਕੇ ਨਾਲ ਕੌਮ ਦਾ ਬੇੜਾ ਗਰਕ ਕਰਨ ਵਾਸਤੇ ਸਿਆਸੀ ਧਿਰਾਂ ਜੁਟੀਆਂ ਹੋਈਆਂ ਨੇ, ਭਗਵੇਂ ਏਜੰਡਿਆਂ ਹੇਠ ਘੁਸਪੈਠ ਕਰਵਾਈ ਜਾ ਰਹੀ ਹੈ, ਸਿੱਖ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿੱਖ ਇਤਿਹਾਸਿਕ ਇਮਾਰਤਾਂ ਢਹਿ ਢੇਰੀ ਕੀਤੀਆਂ ਜਾ ਰਹੀਆਂ ਨੇ, ਤਾਂ ਉਹ ਦਿਨ ਵੀ ਦੂਰ ਨਹੀਂ ਹੋਵੇਗਾ ਜਿਸ ਦਿਨ ਗੁਰੂ ਘਰਾਂ ਦੇ ਅੰਦਰ ਜਾਣ ਵਾਸਤੇ ਵੀ ਢੱਲ ਖੜਕਾ ਕੇ ਜਾਣਾ ਹੋਵੇਗਾ। ਜੇਕਰ ਤੁਸੀਂ ਉਹ ਦਿਨ ਨਹੀਂ ਵੇਖਣਾ ਚਾਹੁੰਦੇ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਆਪਸੀ ਮਤਭੇਦ ਭੁਲਾ ਕੇ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਣਾ ਸ਼ੁਰੂ ਹੋਵੋ, ਸਾਰੀ ਪ੍ਰਚਾਰਕ ਸ਼੍ਰੇਣੀ ਇਕੱਤਰ ਹੋਣੀ ਸ਼ੁਰੂ ਹੋਵੇ, ਤਾਂ ਜੋ ਸਾਰੀ ਦੀ ਸਾਰੀ ਸਿੱਖ ਸੰਗਤ ਇੱਕਜੁੱਟ ਇੱਕਮੁੱਟ ਹੋਵੇ, ਤਾਂ ਜੋ ਪੂਰੀ ਦੀ ਪੂਰੀ ਸਿੱਖ ਕੌਮ ਇੱਕੋ ਹੀ ਬਹਾਦ ਵਿੱਚ ਅੱਗੇ ਵੱਧ ਸਕੇ ਅਤੇ ਮੁੜ ਉਹੀ ਸੈਲਾਬ ਆ ਸਕੇ ਸਿੱਖ ਕੌਮ ਦੇ ਵਿੱਚ ਜੋ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਲੈ ਕੇ ਆਉਂਦਾ ਸੀ। ਹਰ ਕੋਈ ਆਪਣੇ ਆਪ ਮਨਮੁੱਖ ਤੋਂ ਗੁਰਮੁਖ ਵੀ ਹੋ ਜਾਏਗਾ, ਬਾਣੀ ਬਾਣੇ ਦਾ ਧਾਰਨੀ ਵੀ ਹੋ ਜਾਏਗਾ ਅਤੇ ਸਿੱਖ ਕੌਮ ਦੀ ਹੋਰ ਚੜ੍ਹਦੀ ਕਲਾ ਸ਼ੁਰੂ ਹੋ ਜਾਵੇਗੀ ਅਤੇ ਕਿਸੇ ਸ਼ਰਾਰਤੀ ਅਨਸਰ ਦੀ ਹਿੰਮਤ ਨਹੀਂ ਪਵੇਗੀ ਕਿ ਇਸ ਕੌਮ ਵੱਲ ਅੱਖ ਚੱਕ ਕੇ ਵੇਖ ਸਕੇ ਜਾਂ ਕੌਮ 'ਚ ਘੁਸਪੈਠ ਕਰਵਾ ਸਕੇ। ਅਤੇ ਜਿਹੜੇ ਸਿੱਖੀ ਭੇਖ ਦੇ ਵਿੱਚ ਮਸੰਦ ਇਸ ਕੌਮ ਵਿੱਚ ਬੜੇ ਹੋਏ ਨੇ, ਉਹ ਵੀ ਆਪਣੇ ਆਪ ਜਾਂ ਤਾਂ ਸਿੱਧੇ ਰਾਹ ਪੈ ਜਾਣਗੇ ਜਾਂ ਆਪ ਦਰਕਿਨਾਰ ਹੋ ਜਾਣਗੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।